ਤੇ ਉਧਰ ਅਮਰੀਕਾ ਵਿੱਚ ਸਰਕਾਰੀ ਕੰਮਕਾਜ ਕੁਝ ਸਮੇਂ ਲਈ ਬੰਦ ਹੋਣ ਕਾਰਨ ਹੁਣ ਸੰਘੀ ਕਰਮਚਾਰੀ ਆਪਣਾ ਪੇਟ ਭਰਨ ਲਈ ਫੂਡ ਬੈਂਕਾਂ ਦਾ ਸਹਾਰਾ ਲੈਣ ਲਈ ਮਜਬੂਰ ਹੋ ਗਏ ਨੇ ਫੂਡ ਬੈਂਕਾਂ ਦੇ ਬਾਹਰ ਕਤਾਰਾਂ ਵਿੱਚ ਖੜੇ ਲੋਕਾਂ ਵਿੱਚ ਬਾਰਡਰ ਫੀਸ ਟੈਕਸ ਅਤੇ ਐਮਰਜੈਂਸੀ ਪ੍ਰਬੰਧਾਂ ਸਮੇਤ ਕਈ ਵਿਭਾਗਾਂ ਦੇ 22 ਦਸੰਬਰ ਤੋਂ ਬੇਰੋਜ਼ਗਾਰ ਅਧਿਕਾਰੀ ਸ਼ਾਮਲ ਹਨ ਇਸ ਤੋਂ ਇਲਾਵਾ ਆਵਾਜਾਈ ਵਰਗੀਆਂ ਕਈ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਨੂੰ ਵੀ ਬਿਨਾਂ ਸੈਲਰੀ ਦੇ ਕੰਮ ਕਰਨਾ ਪੈ ਰਿਹਾ ਜੋ ਦੁਪਹਿਰ ਨੂੰ ਖਾਣੇ ਦੌਰਾਨ ਮਿਲਣ ਵਾਲੀ ਛੁੱਟੀ ਵਿੱਚ ਫੂਡ ਬੈਂਕਾਂ ਵਿੱਚ ਜਾ ਕੇ ਖਾਣ ਲਈ ਭੋਜਨ ਇਕੱਠਾ ਕਰ ਰਹੇ ਨੇ ਜ਼ਰੂਰਤਮੰਦ ਲੋਕ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਕਰਾਉਂਦੇ ਨੇ ਅਤੇ ਉਸਦੇ ਬਾਅਦ ਪਲਾਸਟਿਕ ਦੇ ਲਿਫਾਫਿਆਂ ਵਿੱਚ ਡੱਬਾਬੰਦ ਸਮਾਨ ਆਲੂ ਚਿਕਨ ਅੰਗੂਰ ਅਤੇ ਹੋਰ ਸਮਾਨ ਭਰਦੇ ਨੇ ਗ੍ਰਹਿ ਸੁਰੱਖਿਆ ਵਿਭਾਗ ਵਿੱਚ ਕਰਮਚਾਰੀ ਵਿਲੀਅਮਸ ਨੇ ਆਖਿਆ ਕਿ ਸੱਚ ਕਹਾਂ ਤਾਂ ਮੈਂ ਇੱਥੋਂ ਕੁਝ ਸਮਾਨ ਲੈਣ ਆਇਆ ਹਾਂ ਟੈਕਸ ਵਿਭਾਗ ਵਿੱਚ ਕੰਮ ਕਰਨ ਵਾਲੀ ਚੈਂਟੀ ਜੌਨਸਨ ਆਪਣੀ ਧੀ ਅਤੇ ਮਾਂ ਦੀ ਦੇਖਭਾਲ ਕਰਦੀ ਹੈ ਉਹਨਾਂ ਆਖਿਆ ਕਿ ਸ਼ਟਡਾਊਨ ਹੋਣ ਤੋਂ ਬਾਅਦ ਤੋਂ ਉਹਨਾਂ ਦਾ ਪਰਿਵਾਰ ਕੋਈ ਵੀ ਸਿਹਤਮੰਦ ਭੋਜਨ ਨਹੀਂ ਖਾ ਸਕਿਆ ਅਤੇ ਨਾ ਹੀ ਠੀਕ ਤਰ੍ਹਾਂ ਸੌਂ ਸਕਿਆ